ਸਕਰੀਨ ਤੇ ਜੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹਨਾਂ ਬੱਚਿਆਂ ਨੇ ਕੁਝ ਅਜਿਹਾ ਕਰ ਦਿਖਾਇਆ ਹੈ ਕਿ ਪੂਰਾ ਪੰਜਾਬ ਇਹਨਾਂ ਤੇ ਮਾਣ ਕਰ ਰਿਹਾ ਹੈ। ਦੱਸ ਦਈਏ ਕਿ ਇਹ ਦੋਵੇਂ ਬੱਚੇ ਕਸਬਾ ਧਿਆਨਪੁਰ ਦੇ ਰਹਿਣ ਵਾਲੇ ਨੇ ਤੇ ਇਹਨਾਂ ਨੇ ਨੇਪਾਲ ਦੇ ਵਿੱਚ ਹੋਈ ਚੈਂਪੀਅਨਸ਼ਿਪ ਦੇ ਵਿੱਚ ਭਾਗ ਲਿਆ ਸੀ। ਇੰਨਾ ਹੀ ਨਹੀਂ, 12 ਸਾਲਾ ਗੁਰੇਨ ਨੇ ਨੇਪਾਲ ਦੇ ਵਿੱਚ ਹੋਈ ਕਰਾਟੇ ਚੈਂਪੀਅਨਸ਼ਿਪ ਦੇ ਵਿੱਚ ਸਿਲਵਰ ਮੈਡਲ ਹਾਸਲ ਕੀਤਾ ਤੇ ਉਸਦੀ ਵੱਡੀ ਭੈਣ 14 ਸਾਲਾ ਸੁਭਾਗਿਆ ਨੇ ਸਕੇਟਿੰਗ ਚੈਂਪੀਅਨਸ਼ਿਪ ਦੇ ਵਿੱਚ ਗੋਲਡ ਮੈਡਲ ਹਾਸਲ ਕੀਤਾ। ਨੇਪਾਲ 'ਚ ਖੇਡਾਂ ਜਿੱਤਣ ਤੋਂ ਬਾਅਦ ਜਿਵੇਂ ਹੀ ਇਹ ਬੱਚੇ ਆਪਣੇ ਇਲਾਕੇ ਦੇ ਵਿੱਚ ਪਹੁੰਚੇ ਤਾਂ ਮਾਪਿਆਂ ਅਤੇ ਪਿੰਡ ਵਾਸੀਆਂ ਦੇ ਵੱਲੋਂ ਉਹਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਬੱਚਿਆਂ ਅਤੇ ਮਾਪਿਆਂ ਦੇ ਵੱਲੋਂ ਢੋਲ ਦੀ ਥਾਪ ਦੇ ਉੱਤੇ ਭੰਗੜਾ ਵੀ ਪਾਇਆ ਗਿਆ ਅਤੇ ਇਹਨਾਂ ਬੱਚਿਆਂ ਦੇ ਘਰ ਵੀ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਬੱਚਿਆਂ ਦੇ ਮਾਪਿਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਖੇਡਾਂ ਦੇ ਵੱਲ ਪ੍ਰੇਰਿਤ ਕੀਤਾ ਜਾਵੇ ਅਤੇ ਬੱਚਿਆਂ ਦੀ ਮਾਂ ਨੇ ਕਿਹਾ ਕਿ ਉਹਨਾਂ ਨੂੰ ਬੇਹੱਦ ਮਾਣ ਮਹਿਸੂਸ ਹੋ ਰਿਹਾ ਕਿ ਉਹਨਾਂ ਦੇ ਬੱਚਿਆਂ ਨੇ ਖੇਡਾਂ ਦੇ ਵਿੱਚ ਆਪਣੇ ਸਕੂਲ, ਮਾਤਾ ਪਿਤਾ ਅਤੇ ਪੂਰੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਦੱਸ ਦਈਏ ਕਿ ਇਸ ਚੈਂਪੀਅਨਸ਼ਿਪ ਦੇ ਵਿੱਚ ਭਾਰਤ ਤੋਂ ਕੁੱਲ 6 ਬੱਚੇ ਗਏ ਸੀ, ਜਿਨ੍ਹਾਂ ਦੇ ਵਿੱਚੋਂ 2 ਨੇ ਗੋਲਡ ਮੈਡਲ ਹਾਸਲ ਕੀਤਾ ਅਤੇ 4 ਬੱਚਿਆਂ ਨੇ ਸਿਲਵਰ ਮੈਡਲ ਜਿੱਤਿਆ। ਕਹਿ ਸਕਦੇ ਹਾਂ ਕਿ ਖੇਡਾਂ ਦੇ ਵਿੱਚ ਦੇਸ਼ ਦਾ ਭਵਿੱਖ ਬੇਹੱਦ ਚੰਗਾ ਨਜ਼ਰ ਆ ਰਿਹਾ ਹੈ। ਕਿੱਥੇ ਗਏ ਸੀ ਗੇਮਾਂ ਕਰਨ? ਨੇਪਾਲ ਗਏ। ਤੇ ਤੁਹਾਡੇ ਬੇਟੇ ਦਾ ਕੀ ਨਾਮ ਹੈ? ਮੇਰੇ ਬੇਟੇ ਦਾ ਨਾਮ ਤੁਰੇਨ ਹੈ। ਤੇ ਬੇਟੀ ਦਾ? ਸੁਭਾਗਿਆ। ਤੇ ਕਿਹੜੀ ਗੇਮ ਵਿੱਚ ਫਸਟ ਆਏ ਨੇ? ਮੇਰੀ ਬੇਟੀ ਸੁਭਾਗਿਆ ਸਕੇਟਿੰਗ ਚ ਫਸਟ ਆਈ ਹੈ ਤੇ ਮੇਰਾ ਬੇਟਾ ਤੁਰੇਨ ਕਰਾਟੇ ਚ ਸਿਲਵਰ ਮੈਡਲ। ਤੇ ਜਿਹੜੇ ਬੱਚੇ ਗਲਤ ਰਸਤੇ ਪੈ ਰਹੇ ਨੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਤੁਸੀਂ? ਉਹਨਾਂ ਨੂੰ ਇਹ ਸੰਦੇਸ਼ ਦੇਣਾ ਚਾਹਾਂਗੀ ਕਿ ਗਲਤ ਰਸਤੇ ਨਾ ਪੈਣ। ਵੇਖੋ ਪੇਰੈਂਟਸ ਤੁਹਾਡੇ ਲਈ ਜਿੰਦੇ ਆ, ਤੁਸੀਂ ਪੇਰੈਂਟਸ ਲਈ ਜੀਓ ਤੇ ਉਹਨਾਂ ਨੂੰ ਉਹਨਾਂ ਦੀ ਖੁਸ਼ੀ ਦਾ ਵੀ ਤੁਹਾਡੇ ਤੇ ਹੱਕ ਹੈਗਾ ਤੇ ਇਸ ਕਰਕੇ ਉਹਨਾਂ ਲਈ ਕੁਛ ਕਰਕੇ ਬਤਾਓ। ਪੜ੍ਹੋ ਲਿਖੋ ਤੇ ਗੇਮਸ ਜਾਓ। ਹੈਲੋ, ਸਤਿ ਸ਼੍ਰੀ ਅਕਾਲ, ਮੇਰਾ ਨਾਮ ਸੁਭਾਗਿਆ ਤੇ ਆ ਮੇਰਾ ਭਰਾ ਦੁਰੇਨ ਆ। ਮੈਂ ਸਕੇਟਿੰਗ 'ਚ ਨੇਪਾਲ, ਇੰਡੋ ਨੇਪਾਲ ਚੈਂਪੀਅਨਸ਼ਿਪ ਹੋਈ ਸੀ ਜਿਹੜੀ ਨੇਪਾਲ 'ਚ ਪੋਖਰਾ ਸ਼ਹਿਰ ਦੇ ਵਿੱਚ ਹੋਈ ਸੀ ਅਤੇ ਮੇਰੇ ਭਰਾ ਦੀ ਕਰਾਟੇ ਦੀ ਵੀ ਚੈਂਪੀਅਨਸ਼ਿਪ ਉੱਥੇ ਹੀ ਹੋਈ ਸੀ ਜਿਹਦੇ 'ਚੋਂ ਮੈਂ ਗੋਲਡ ਮੈਡਲ ਲੈ ਕੇ ਆਈ ਹਾਂ ਅਤੇ ਮੇਰਾ ਭਰਾ ਸਿਲਵਰ ਮੈਡਲ ਲੈ ਕੇ ਆਇਆ ਆ। ਅਤੇ ਆਪਾਂ ਸੇਂਟ ਫਰਾਂਸਿਸ ਕੋਨਵੈਂਟ ਸੀਨੀਅਰ ਸੈਕੰਡਰੀ ਸਕੂਲ ਘਨੀਏ ਦੇ ਵਾਂਗਰ ਤੋਂ ਵਿੱਚ ਪੜ੍ਹਦੇ ਹਾਂ। ਟੋਟਲ ਇੰਡੀਆ ਤੋਂ 6 ਬੱਚੇ ਗਏ ਸੀ ਜਿਨ੍ਹਾਂ 'ਚ 2 ਜਣਿਆਂ ਦੇ ਗੋਲਡ ਆਏ ਸੀ। ਬਾਹਰ ਦੀ ਕੰਟਰੀ ਵਿੱਚ ਸਟੇਟ ਲੈਵਲ ਤੇ ਡਿਸਟ੍ਰਿਕਟ ਲੈਵਲ ਔਰ ਨੈਸ਼ਨਲ ਲੈਵਲ ਤੇ ਬੱਚੇ ਖੇਡਣ ਵਾਸਤੇ ਮੌਕਾ ਮਿਲਦਾ ਹੈ ਔਰ ਇਸ ਵਾਰ ਵੀ ਮੈਨੂੰ ਸਕੂਲ ਵੱਲੋਂ ਸਕੂਲ ਮੈਨੇਜਮੈਂਟ ਕਮੇਟੀ ਔਰ ਸਿਸਟਰ ਜੀ ਔਰ ਸਿਸਟਰ ਲਾਈਸ ਐਂਡ ਫਾਦਰ ਜੀ ਉਹਨਾਂ ਨੇ ਮੈਨੂੰ ਬੱਚੇ ਲੈ ਕੇ ਜਾਣ ਦਾ ਅਸੀਂ ਪਰਮਿਸ਼ਨ ਦਿੱਤੀ। ਮੈਂ ਬੱਚੇ ਲੈ ਕੇ ਨੇਪਾਲ ਪੋਖਰਾ ਸ਼ਹਿਰ ਦੇ ਵਿੱਚ ਗਿਆ ਜਿੱਥੇ ਸਾਡੇ ਇੰਡੀਆ ਦੇ ਘੱਟੋ ਘੱਟ 96 ਬੱਚੇ 96 ਬੱਚੇ ਪਾਰਟਿਸਪੇਟ ਸੀ ਪੂਰੇ ਇੰਡੀਆ ਦੇ ਵਿੱਚ ਔਰ ਇਹ ਇੰਡੀਆ ਵਿੱਚ ਨੇਪਾਲ ਦੇ ਵਿੱਚ ਗੇਮਾਂ ਹੋਈਆਂ ਨੇ ਜਿਹਦੇ ਵਿੱਚ ਸਾਡੇ ਕੋਨਵੈਂਟ ਸਕੂਲ ਦੇ ਵੀ 6 ਬੱਚੇ ਗਏ ਆ ਜਿਨ੍ਹਾਂ ਨੇ 2 ਗੋਲਡ 4 ਸਿਲਵਰ ਲਏ ਨੇ। ਉਹ ਧਿਆਨਪੁਰ ਤੋਂ ਇਹ 2 ਬੱਚੇ ਆਪਣਾ ਦੁਰੇਨ ਜੋ ਬੱਚਾ ਕਰਾਟੇ ਕਰਦਾ ਆ ਇਹਨੇ ਸਿਲਵਰ ਮੈਡਲ ਹਾਸਲ ਕੀਤਾ ਔਰ ਸੁਭਾਗਿਆ ਜੋ ਬੱਚੀ ਸਕੇਟਿੰਗ ਕਰਦੀ ਆ ਇਹਨੇ ਗੋਲਡ ਮੈਡਲ ਹਾਸਲ ਕੀਤਾ ਆ।
ਤੇ ਇਹਨਾਂ ਦੇ ਆਉਣ ਤੇ ਇਹਨਾਂ ਦੇ ਪੇਰੈਂਟਸ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਸਾਡਾ ਧੰਨਵਾਦ ਕੀਤਾ ਆ। ਸਾਡੇ ਜੋ ਸਕੂਲ ਸਿਸਟਰ ਪ੍ਰਿੰਸੀਪਲ ਨੇ ਉਹਨਾਂ ਦਾ ਵੀ ਧੰਨਵਾਦ ਕੀਤਾ, ਸਟਾਫ ਮੈਂਬਰ ਦਾ ਧੰਨਵਾਦ ਕੀਤਾ ਹੈ। ਮੈਂ ਵੀ ਇਹਨਾਂ ਦਾ ਔਰ ਸਿਸਟਰ ਜੀ ਇਹਨਾਂ ਸਾਰਿਆਂ ਦਾ ਬਹੁਤ ਦਿਲੋਂ ਧੰਨਵਾਦ ਕਰਦੇ ਨੇ ਕਿ ਇਹਨਾਂ ਨੇ ਬਹੁਤ ਅੱਛੇ ਤਰੀਕੇ ਨਾਲ ਸਾਨੂੰ ਇੱਥੇ ਆਉਣ ਤੇ ਸਾਡਾ ਸਵਾਗਤ ਕੀਤਾ ਆ। ਮੈਂ ਇੱਕੋ ਮੈਸੇਜ ਦੇਵਾਂਗਾ ਸਕੂਲ ਵੱਲੋਂ ਔਰ ਆਪਣੇ ਜੋ ਵੀ ਸਾਡੀ ਸੰਸਥਾ ਆ ਇੰਟਰਨੈਸ਼ਨਲ ਫੋਟੋ ਕਾਈ ਵੱਲੋਂ ਕਿ ਬੱਚੇ ਆਉਣ ਵਾਲੇ ਸਮੇਂ ਵਿੱਚ ਗੇਮਾਂ ਵੱਲ ਧਿਆਨ ਦੇਣ, ਤਾਂ ਕਿ ਜੋ ਆਉਣ ਵਾਲੀ ਪੀੜ੍ਹੀ ਆ ਉਹ ਨਸ਼ਿਆਂ ਤੋਂ ਬਚ ਸਕੇ, ਕਿਉਂਕਿ ਸਮਾਂ ਬਹੁਤ ਹੀ ਮਾੜਾ ਚੱਲ ਰਿਹਾ ਜਿਸ ਵਿੱਚ ਬੱਚੇ ਨਸ਼ਿਆਂ ਦੇ ਬਹੁਤ ਹੀ ਜ਼ਿਆਦਾ ਕਲੋਜ਼ ਚੱਲ ਜਾ ਚੁੱਕੇ ਨੇ। ਤਾਂ ਮੇਰੀ ਕੋਸ਼ਿਸ਼ ਇਹੀ ਹੈ ਕਿ ਮੈਂ ਔਰ ਬੱਚਿਆਂ ਨੂੰ ਗੇਮਾਂ ਦੇ ਵਿੱਚ ਹੋਰ ਅੱਗੇ ਲੈ ਕੇ ਜਾਵਾਂ, ਤੇ ਮੈਂ ਮੈਸੇਜ ਵੀ ਮੇਰਾ ਇਹੀ ਹੈ ਸਕੂਲ ਵੱਲੋਂ ਵੀ ਤੇ ਮੇਰੇ ਵੱਲੋਂ ਵੀ ਕਿ ਬੱਚੇ ਹੋਰ ਅੱਗੇ ਗੇਮਾਂ ਵਿੱਚ ਆਉਣ ਤਾਂ ਕਿ ਨਸ਼ਿਆਂ ਤੋਂ ਛੁਟਕਾਰਾ ਪਾ ਸਕੇ।